ਲੜਦੀ ਕਲਾ ਟਾਈਮ ਟੀਵੀ ਦੇਖ ਰਹੀ ਸਾਰੇ ਦਰਸ਼ਕਾਂ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੀ ਕਰੋਨਾ ਮਹਾਮਾਰੀ ਪਟਿਆਲਾ ਸ਼ਹਿਰ ਦੀ ਕਰੋਨਾ ਮਹਾਮਾਰੀ ਤੇ ਹੋਰ ਖਬਰਾਂ ਦੀ ਅਪਡੇਟ ਨੂੰ ਲੈ ਕੇ ਇੱਕ ਵਾਰ ਫਿਰ ਤੁਹਾਡੇ ਰੂਬਰੂ ਹੋ ਰਹੇ ਹਾਂ ਉਹ ਪਹਿਲਾਂ ਸਵਾਗਤ ਕਰ ਲਈ ਅਮਰਜੀਤ ਜੀ ਦਾ ਅਮਰਜੀਤ ਜੀ ਬਾਬਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਅਮਰਜੀਤ ਜੀ ਅੱਜ ਕਰੋਨਾ ਮਾਰੀ ਦੇ ਪੰਜਾਬ ਦਾ ਕੀ ਸਟੇਟਸ ਹੈ ਇਸ ਟਾਈਮ ਪੰਜਾਬ ਦੇ ਹੁਣ ਤੱਕ ਕਿੰਨੇ ਕੇਸ ਆਏ ਤੇ ਅੱਜ ਦੀ ਮੋਤਾ ਦਾ ਕੀ ਅਗੜਾ ਪੂਰਾ ਵੇਰਵਾ ਦਿਓ ਜੀ ਬਿਲਕੁਲ ਜਿਸ ਤਰ੍ਹਾਂ ਪੰਜਾਬ ਦੀ ਜਿਹੜਾ ਕਰੋਨਾ ਮਹਾਮਾਰੀ ਦੀ ਗੱਲ ਕੀਤੀ ਜਾਵੇ ਹੁਣ ਤੱਕ ਕਿਹੜੇ ਕੁੱਲ ਕੇਸ ਨੇ 134 134162 ਕੇਜ ਨੇ ਪੂਰੇ ਜਿਹੜਾ ਪੰਜਾਬ ਦੇ ਵਿੱਚ ਕੇਸ ਕਿਸਾਂ ਦੀ ਗੱਲ ਕੀਤੀ ਆ ਵੀ 2123 ਕੇ ਜਿਹੜੇ ਨੇ ਅੱਜ ਜਿਹੜੇ ਨਵੇਂ ਹੋਰ ਜੁੜ ਚੁੱਕੇ ਨੇ ਐਕਟਿਵ ਕੇਸਾਂ ਦੀ ਗੱਲ ਕੀਤੀ 2123 ਜਿਹੜੇ ਨੇ ਐਕਟਿਵ ਕੇਸ ਨੇ ਜਿਨ੍ਹਾਂ ਚੋਂ 58 ਜਿਹੜੇ ਨੇ ਹੋਰ ਐਕਟਿਵ ਹੋ ਚੁੱਕੇ ਨੇ ਅੱਜ ਦੀ ਜਿਹੜੀ ਰਿਪੋਰਟ ਹੈ ਅੱਛਾ ਰਿਕਵਰ ਦੀ ਗੱਲ ਕੀਤੀ ਆਵੇ 79244 ਕੇਸ ਜਿਹੜੇ ਨੇ ਰਿਕਵਰ ਹੋ ਚੁੱਕੇ ਨੇ ਜੇ ਮੋਤਾਂ ਦੀ ਗੱਲ ਕੀਤੀ ਆ ਓਵਰ ਆਲ ਪੂਰੇ ਪੰਜਾਬ ਦੀ ਮੋਤਾਂ ਦੀ ਗੱਲ ਕੀਤੀ 2990 ਜਿਹੜੀਆਂ ਨੇ ਉਹ ਮੋਤਾਂ ਹੋ ਚੁੱਕੀਆਂ ਨੇ ਜੇਕਰ ਅੱਜ ਪੰਜਾਬ ਦੇ ਮੋਤਾਂ ਦੀ ਗੱਲ ਕੀਤੀ ਤਾਂ ਵਿੱਚ 64 ਮੋਤਾਂ ਜਿਹੜੀਆਂ ਨੇ ਅੱਜ ਪੰਜਾਬ ਦੇ ਵਿੱਚ ਜਿਹੜੀਆਂ ਅੱਜ ਹੋਈਆਂ ਨੇ ਜੀ ਆ ਪਿਛਲੇ ਬੀਤੇ ਕਾਫੀ ਸਮੇਂ ਤੋਂ ਦੇਖਦੇ ਆ ਰਹੇ ਹਾਂ 60 ਪਲੱਸ ਮੋਟਰ ਰੈਗੂਲਰ ਅ ਡੇਲੀ ਰਹੀ ਰਹੀ ਹੈ ਉਹਦਾ ਕ ਕੀ ਕਾਰਨ ਕੀ ਸਮਝ ਰਹੇ ਜੀ ਬਿਲਕੁਲ ਜੀ ਆਪਾਂ ਗੱਲ ਕੀਤੀ ਆਪਾਂ ਇਹ ਚੌਂਟ ਜਿਹੜੀਆਂ ਮੋਤਾਂ ਜਿਹੜੀਆਂ ਅੱਜ ਪੰਜਾਬ ਦੇ ਵਿੱਚ ਹੋਈਆਂ ਆਪਾਂ ਇਹਨਾਂ ਨੂੰ ਪ੍ਰੋਪਰ ਤਿਕਨਾ ਕਰੋਨਾ ਮਾਮਾਰੇ ਦੇ ਮੋਤ ਮੋਤਾਂ ਨਹੀਂ ਗਿਣ ਸਕਦੇ ਕਿਉਂਕਿ ਲਗਾਤਾਰ ਜਿਹੜਾ ਆਂਕੜਾ ਇਸ ਤਰ੍ਹਾਂ ਰੁਟੀਨ ਦੇ ਵਿੱਚ ਹੀੜੀਆਂ ਮੋਤਾਂ ਹੁੰਦੀਆਂ ਨੇ ਕਿਉਂਕਿ ਜਦੋਂ ਉਸ ਤੋਂ ਬਾਅਦ ਕਰੋਨਾ ਦਾ ਮਾਮਾਰਾ ਦਾ ਟੈਸਟ ਕੀਤਾ ਜਾਂਦਾ ਤਾਂ ਉਹ ਜਿਹੜਾ ਨਰਸ ਜੋ ਗਲਾਉ ਪੋਜ਼ਟਿਵ ਪਾ ਜਾਂਦਾ ਪਰ ਆਪਾਂ ਜੇ ਗੱਲ ਕਰੀਏ ਵੀ ਇਹ ਸਾਰੀਆਂ ਮੋਤਾਂ ਦੇ ਕਰੋਨਾ ਮਾਮਾਰੇ ਦਈਆਂ ਆਪਾਂ ਇਸ ਨੂੰ ਪ੍ਰੋਪਰ ਤਿਕਨਾ ਕਰੋਨਾ ਮਾਮਰਿਆਂ ਜੋੜ ਕੇ ਨਹੀਂ ਦੇ ਸਕਦੇ ਆਪਾਂ ਅਮਰ ਜੀ ਜੀ ਦੀ ਵਿਭਾਗ ਸਿਹਤ ਭਾਗ ਨੂੰ ਜਿਹੜੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਕਰੋਨਾ ਮਾਰ ਦੇ ਜਾਂ ਜਿਨ੍ਹਾਂ ਵਿੱਚ 135 ਜਿਹੜੇ ਨੇ ਕਰੋਨਾ ਪੋਜ਼ਿਟਿਵ ਆਏਗੇ ਨੇ ਜੇਕਰ ਪਰਿਆਲਾ ਸ਼ਹਿਰ ਦੀ ਗੱਲ ਇੱਥੇ 59 ਕੇਸ ਜਿਹੜੇ ਨੇ ਪਰਿਆਲਾ ਸ਼ਹਿਰ ਦੇ ਨਾਲ ਸੰਬੰਧਤ ਨੇ ਜੀ ਹੋਰ ਕਿ ਟੋਕੀ ਤੋਂ ਸਬੰਧ ਰੱਖਦੇ ਕਿੰਨੇ ਕੇਸ ਹੈਗੇ ਆ ਫਿਲਹਾਲ ਅੱਜ ਪਟਿਆਲਾ ਜ਼ਿਲ੍ਹੇ ਲਈ ਰਾਹਤ ਦੀ ਖਬਰ ਹੈ ਵੀ 135 ਕੇਸ ਟੋਟਲ ਆਏ ਆ ਕੋਈ ਕਾਫੀ ਨਾਲ ਦੇਖ ਰਹੇ ਆ ਅੰਕੜਾ ਘਟਦਾ ਜਾ ਰਿਹਾ ਜੀ ਬਿਲਕੁਲ ਕਿ ਨਹੀਂ ਜੀ ਬਿਲਕੁਲ ਜਿਸ ਤਰ੍ਹਾਂ ਪਟਿਆਲਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਕਰੀਬਨ ਜਿਹੜਾ ਹੁਣ ਅੰਕੜਾ ਜਿਹੜਾ ਠੀਕ ਜਿਹੜਾ ਅੰਕੜਾ ਆ ਰਿਹਾ ਕਿਉਂਕਿ ਲਗਾਤਾਰ ਜਿਹੜੇ ਨੇ ਕੋਰੋਨਾ ਮਹਾਮਾਰਤ ਦੇ ਕੇ ਜਿਹੜੇ ਘਟਦੇ ਜਾ ਰਹੇ ਨੇ ਜੇਕਰ ਇੱਕ ਰਾਤ ਭਰੀ ਖਬਰ ਹੋਰ ਵੀ ਅੱਜ 206 ਕਮਰੀ ਜਿਹੜੇ ਨੇ ਕਰੋਨਾ ਮਾਰ ਦੇ ਅੱਜ ਬਿਲਕੁਲ ਠੀਕ ਹੋ ਗਏ ਆਪਣੇ ਘਰੇ ਚ ਚਲੇ ਗਏ ਨੇ ਹੋਰ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਸਮਾਣਾ ਚ 18 ਕੇਸ ਆਏ ਨੇ ਰਾਜਪੁਰਾ 10 ਤੇ ਨਾਭਾ 14 ਤੇ ਬਾਕੀ ਦਾ ਬਗ ਵਕ ਵਕ ਪਿੰਡਾਂ ਦੇ ਨਾਲ ਸੰਬੰਧਿਤ ਨੇ ਜਿਹੜੇ ਕਿ ਅੱਜ 2100 ਜਣੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਸੀ ਉਹਨਾਂ ਦੇ ਵਿੱਚੋਂ ਆਏ ਨੇ ਜੀ ਅਮਰ ਜੀ ਕਿਹੜੇ ਕਾਰਨ ਸੋਚ ਰਹੇ ਸਮਝਦੇ ਹੋ ਵੀ ਜਿਹੜੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਕੇਸ ਘਟ ਰਹੇ ਆ ਪੰਜਾਬ ਚ ਕੇਸ ਘਟ ਰਹੇ ਆ ਕੀ ਇਸ ਕਾਰਨ ਸਮਝਦੇ ਹੋ ਵੀ ਟੈਸਟਿੰਗ ਦਾ ਜਿਹੜੀ ਟੈਸਟਿੰਗ ਸੈਂਪਲਿੰਗ ਲਈ ਜਾ ਰਹੇ ਰੈਗੂਲਰ ਬੇਸਿਸ ਤੇ ਟ੍ਰੇਸ ਹੋ ਜਾਂਦਾ ਪਤਾ ਲੱਗ ਜਾਂਦਾ ਉਹ ਉਹਦੇ ਕਰਕੇ ਤਾਂ ਨਹੀਂ ਤੁਹਾਨੂੰ ਲੱਗਦਾ ਜੀ ਬਿਲਕੁਲ ਜਿਸ ਤਰ੍ਹਾਂ ਪੰਜਾਬ ਇਸ ਦਾ ਗੱਲ ਕੀਤੀ ਹੈ ਸਿਹਤ ਭਾਗ ਕੋਲ ਜਿਹੜੀਆਂ ਕਰੋਨਾ ਮਾਮਰੇ ਦੀ ਜਿਹੜੀ ਇਹ ਸੈਂਪਲਿੰਗ ਉਹ ਲਗਾਤਾਰ ਵਧਾ ਦਿੱਤੀ ਕਿਉਂਕਿ ਘਰ-ਘਰ ਦੇ ਵਿੱਚ ਜਾ ਕੇ ਸੈਂਪਲਿੰਗ ਕੀਤੀ ਜਾ ਰਹੀ ਕਿਤੇ ਨਾ ਲੋਕ ਵੀ ਅਵੇਅਰ ਨਹੀਂ ਕਿਉਂਕਿ ਪਹਿਲਾਂ ਲੋਕਾਂ ਨੂੰ ਥੋੜੇ ਡਰਦੇ ਸੀ ਕਰੋਨਾ ਦਾ ਟੈਸਟ ਕਰਾਉਣ ਦੀ ਜਦੋਂ ਜਦੋਂ ਹੌਲੀ-ਹੌਲੀ ਜਿਹੜਾ ਲੋਕ ਨੂੰ ਇਸ ਬਾਰੇ ਜਿਹੜਾ ਜਾਣਕਾਰੀ حاصل ਹੋ ਗਈ ਵੀ ਹਾਂ ਕਰੋਨਾ ਮਾਮਰੇ ਦਾ ਟੈਸਟ ਕਰਾਉਣਾ ਜ਼ਰੂਰੀ ਹੈ ਫਿਰ ਲੋਕਾਂ ਨੇ ਆਪਣੀ ਜ਼ਿੰਮੇਵਾਰੀ ਸਮਝੀ ਕਿਤੇ ਨਾ ਕਿਤੇ ਲੋ ਕੁਝ ਮਰੀਜ਼ ਜੀ ਠੀਕ ਵੀ ਹੋ ਰਹੇ ਨੇ ਜੋ ਸਿਹਤ ਭਾਗ ਕੋਲੋਂ ਪ੍ਰਾਪਤ ਜਾਣਕਾਰੀ ਹੋਈ ਹੈ ਕਿ ਜੇ ਕੋਰੋਨਾ ਮਰੀਜ਼ ਦਾ ਸੰਪਰਕ ਦੇ ਵਿੱਚ ਆਂਦਾ ਨੂੰ ਤੁਰੰਤ ਜਿਹੜਾ ਉਸ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਲੈ ਕੇ ਜਿਹੜਾ ਉਹਨੂੰ ਨਹੀਂ ਉਹ ਆਈਸੋਲੇਟ ਕਰਦੇ ਆ ਜੇ 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 ਤੁਹਾਡਾ ਮਰੀਜ਼ ਵੀ ਲੱਗ ਰਿਹਾ ਵੀ ਇਹ ਡੇਂਜਰ ਦੇ ਵਿੱਚ ਹੈਗਾ ਤਾਂ ਹਸਪਤਾਲ ਦੇ ਵੀ ਸ਼ਿਫਟ ਕਰਦੇ ਆ ਨਹੀਂ ਤਾਂ ਕਰੀ ਅਸੂਲ ਨਹੀਂ ਬਿਲਕੁਲ ਜਿਸ ਤਰ੍ਹਾਂ ਪਹਿਲਾਂ ਦੀ ਗੱਲ ਕੀਤੀ ਆ ਪਹਿਲਾਂ ਟੈਸਟ ਨਹੀਂ ਕਰਾਂਦੇ ਸੀ ਉਹਨੂੰ ਪਤਾ ਵੀ ਕਰੋਨਾ ਮਾਮਰੀ ਹੈ ਹੁੰਦੀ ਸੀ ਅਗਲੇ ਨੂੰ ਪਰ ਹੁਣ ਜਿਹੜੇ ਟੈਸਟ ਹੋ ਰਹੇ ਨੇ ਪਤਾ ਲੱਗ ਜਾਂਦਾ ਵੀ ਹਾਂ ਕਰੋਨਾ ਮਾਮਰੀ ਹੈ ਅਸਲ ਜਿਹੜਾ ਅੱਗੇ ਆ ਕਰੇ ਹੀ ਕਰਦਨੇ ਕਿਉਂਕਿ ਅੱਗੇ ਜਿਹੜੀ ਇਹ ਬਿਮਾਰੀ ਫੈਲਣ ਤੋਂ ਰੁਕ ਜਾਂਦੀ ਆ ਸੀ ਕਿਉਂਕਿ ਪਹਿਲਾਂ ਉਹਨੂੰ ਪਤਾ ਨਹੀਂ ਹੁੰਦਾ ਸੀ ਬਿਮਾਰ ਹੈਗਾ ਕਿ ਨਹੀਂ ਹੈਗਾ ਫਿਰ ਉਹ ਕੀ ਚਲਾ ਜਾਂਦਾ ਸੀਗਾ ਕੰਟੈਕਟ ਟ੍ਰੇਸਿੰਗ ਹੋ ਜਾਂਦੀ ਸੀ ਤੇ ਕੰਮ ਵੱਜ ਜਾਂਦਾ ਸੀਗਾ ਕਈ ਸੰਪਰਕ ਦੇ ਕਈ ਸੰਪਰਕ ਦੇ ਪਰ ਫਿਰ ਜਾਂਦਾ ਇੱਕ ਤੋਂ ਫਿਰ ਦੂਜਾ ਦੂਜਾ ਤਿੰਨੇ ਐਂ ਫਿਰ ਰ ਦੇ ਵੀ ਘਟਦੇ ਜਾ ਰਹੇ ਨੇ ਜੀ ਚਲੋ ਰਾਤ ਦੀ ਖਬਰ ਹੈ ਅਸੀਂ ਆਪ ਦੁਆ ਕਰਦੇ ਆ ਵੀ ਸਾਰਾ ਜਲਦੀ ਵਲਦੀ ਠੀਕ ਹੋ ਗਏ ਅਮਰਜੀਤ ਜੀ ਅੱਜ ਆਮ ਆਦਮੀ ਪਾਰਟੀ ਵੱਲੋਂ ਧਰਨਾ ਦਿੱਤਾ ਗਿਆ ਸੀ ਕਿਸਾਨਾਂ ਦੇ ਹੱਕ ਦੇ ਵਿੱਚ ਬਸ ਉਹੀ ਜਿਵੇਂ ਰਾਜਨੀਤੀ ਪਾਰਟੀਆਂ ਵੱਲੋਂ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਪਰ ਅੱਜ ਜੋ ਵੀ ਆਮ ਆਦਮੀ ਪਾਰਟੀ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ ਫੁਵਾੜਾ ਚੌਂਕ ਦੇ ਕੋਲ ਜਿਹੜਾ ਜਾਮ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਕਾਲੇ ਡੇਰ ਦੇ ਨਾਲ ਐਮਐਲਏ ਸਭਾਣਾ ਵੱਲੋਂ ਜਿਹੜਾ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਅੱਜ ਉਹਨਾਂ ਵਰਕਰ ਸਭਾਣਾ ਵੱਲੋਂ ਜਿਹੜਾ ਉਹ ਖੇਤੀ ਜਿਹੜਾ ਕਿਸਾਨ ਦਾ ਸਬੰਧ ਜਿਹੜਾ ਖੇਤੀ ਆਰਡੀਨੈਂਸ ਪਾਸ ਕੀਤਾ ਆਧ ਨਾਲ ਕੋਈ ਵੀ ਨਹੀਂ ਸੀ ਪਰ ਆ ਆਪਣੇ ਜਿਹੜਾ ਬੈਨਰ ਦੀ ਹੈਡ ਰੇਡ ਸਾਰਨਾਵਲ ਤਾਂ ਅੱਜ ਰੇਲ ਰਕ ਨੂੰ ਸੀਗਾ ਨਾ ਅੱਜ ਜੀ ਬਿਲਕੁਲ ਬਿਲਕੁਲ ਰੇਲ ਲੋਕਾਂ ਦਾ ਅੰਦੋਲਨ ਸੀ ਨਾ ਵਿੱਚ ਜਿਹੜਾ ਹਾਈਐਸਟ ਹਲਤ ਰਹਿ ਤਾ ਗਿਆ ਸੀ ਤੇ ਕੁਝ ਉਹਨਾਂ ਦੇ ਵਿੱਚ ਜਿਹੜਾ ਕੁਝ ਕਲਾਕਾਰ ਵੀ ਅੱਜ ਜਿਹੜੇ ਮਜ਼ਦੂਰ ਮੌਜੂਦ ਹੋਏ ਸੀ ਉਹਨਾਂ ਵਿੱਚ ਜਿਹੜਾ ਜਿਹੜਾ ਕੱਲ ਜਿਹੜਾ ਵੱਡਾ ਜੇਦੇ ਜੋ ਨਹੀਂ ਕੱਲ ਵੀ ਜਿਹੜਾ ਇਸ ਸੰਬੰਧ ਵਿੱਚ ਇੱਕ ਵੱਡਾ ਜਿਹੜਾ ਪੂਰੇ ਪੰਜਾਬ ਦੇ ਜਿਹੜਾ धरना ਪ੍ਰਦਰਸ਼ਨ ਕੀਤਾ ਜਾਊਗਾ ਪੂਰਾ ਪੰਜਾਬ ਬੰਦਾ ਐਲਾਨ ਕੀਤਾ ਕੱਲ ਪੰਜਾਬ ਨਹੀਂ ਕੱਲ ਭਾਰਤ ਬੰਦਾ ਐਲਾਨ ਹੈ ਪੂਰੇ ਬਿਲਕੁਲ ਭਾਰਤ ਬੰਦਾ ਐਲਾਨ ਆ ਕਿਤਨੇ ਕਿਤੇ ਗੱਲ ਤੇ ਮధ్యਮ ਜਿਸ ਰਾਉਣ ਅੱਜ ਵੀ ਗੱਲ ਕੀਤੀ ਆ ਐਡਵੋਕੇਟਾਂ ਵੱਲੋਂ ਵੀਟਾ ਉਹਨਾਂ ਨੂੰ ਸਮਰਥਨ ਦਿੱਤਾ ਗਿਆ ਧਾਰਮਿਕ ਸਜੱਤਿਆਂ ਦੇ ਨਾ ਬਿੱਤੇ ਦੇ ਨਹੀਂ ਕਿਸਾਨ ਜਿੱਥੇ ਬੰਦੀਆਂ ਨੇ ਸ਼ਹਿਰ ਸ਼ਹਿਰ ਦੁਕਾਨਾਂ ਤੇ ਜਾ ਕੇ ਅਪੀਲ ਕੀਤੀ ਆ ਵੀ ਸਾਡਾ ਤੁਸੀਂ ਸਹਿਯੋਗ ਦਿਓ ਪਰ ਉਹਨਾਂ ਦੇ ਵੱਲੋਂ ਪੋਜ਼ੀਟਿਵ ਰਿਸਪਾਂਸ ਮਿਲਿਆ ਔਰ ਕਿਹਾ ਗਿਆ ਵੀ ਅਸੀਂ ਠੀਕ ਆ ਅਸੀਂ ਕੱਲ ਦਾ ਦਿਨ ਵਪਾਰ ਆਪਣੇ ਪੂਰੇ ਬੰਦ ਰੱਖਾਂਗੇ ਤੁਹਾਡੀ ਵੀ ਸ਼ਹਿਰ ਦੇ ਵਿੱਚ ਵਪਾਰੀਆਂ ਨਾਲ ਗੱਲ ਹੋਈ ਕੁਝ ਕੀ ਕਹਿਣਾ ਸੀ ਉਹਨਾਂ ਦਾ ਜੀ ਬਿਲਕੁਲ ਅੱਜ ਵੀ ਉਹਨਾਂ ਵੱਲੋਂ ਕਈ ਜਿਹੜਾ ਜਥੇਬੰਦੀ ਬੋਲੋ ਜਿਹੜਾ ਸ਼ਹਿਰ ਦੇ ਵਿੱਚ ਰੋਸ ਮਾਰਚ ਵੀ ਗੱਡਿਆ ਆ ਕਿਸਾਨ ਜਥੇਬੰਦੀ ਬੋਲੋ ਕੰਪਨੀ ਸਿੱਕੀ ਕਾਸੀ ਨਾਂ ਦਾ ਨਾਲ ਪੂਰਾ ਜਿਹੜਾ ਸਾਥ ਦੇਵਾਂਗੇ ਕੱਲ ਨੂੰ ਇਹਨਾਂ ਦੇ ਨਾਲ ਜਿਹੜਾ ਚੱਲ ਕੇ ਦੁਕਾਨਾਂ ਬੰਦ ਵੀ ਕਰਾਵਾਂਗੇ ਉਹਨਾਂ ਨੇ ਪੂਰਾ ਸਹਿਯੋਗ ਦੇਣ ਦੀ ਜਿਹੜੀ ਇਹ ਗੱਲ ਕਹੀ ਹੈ ਜੀ ਅਮਰਜੀਤ ਜੀ ਐਸਐਸਪੀ ਪਟਿਆਲਾ ਦੁੱਗਲ ਜੀ ਨੇ ਇਹ ਬਿਆਨ ਦਿੱਤਾ ਵੀ ਕਿਸੇ ਵੀ ਕਿਸਾਨ ਜੱਥੇਬੰਦੀ ਨੂੰ ਕਿਹਾ ਗਿਆ ਫੀਲ ਕੀਤੀ ਹੈ ਵੀ ਆਪਣਾ ਹਥਿਆਰ ਵੀ ਨਾਲ ਲੈ ਕੇ ਆਣਾ ਕਾਰਨ ਕੀ ਹੈ ਇਹਦਾ ਇਹ ਅਪੀਲ ਕਰਨ ਦਾ ਕਿਉਂਕਿ ਕਈਆਂ ਕੋਲ ਲਾਇਸੈਂਸੀ ਅਸਲਾ ਹੁੰਦਾ ਹੈਗਾ ਜੀ ਬਿਲਕੁਲ ਜਿਸ ਤਰ੍ਹਾਂ ਕੱਲ ਜਿਹੜਾ ਵੱਡੇ-ਵੱਡੇ ਪੱਧਰ ਤੇ ਕਿਸਾਨ ਜੱਥੇਬੰਦੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਣਾ ਹੈ ਕਿਤੇ ਨਾ ਕਿਤੇ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੇ-ਵੱਡੇ ਪੱਧਰ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਮੌਜੂਦ ਹੋ ਗਿਆ ਤੇ ਕਿਸਾਨ ਜੱਥੇਬੰਦੀ ਬੰਦੇ ਨੂੰ ਖਾਸ ਕਰ ਤੌਰ ਤੇ ਕਿਹਾ ਵੀ ਕਿਸੇ ਨੂੰ ਜਿਹੜਾ ਆਪਣੇ ਕਾਨੂੰਨ ਜਿਹੜਾ ਆਪਣੇ ਹੱਥ ਲੈਣ ਚ ਜਾਤ ਨਹੀਂ ਦਿੱਤੀ ਜਾਵੇਗੀ ਅਤੇ ਖਾਸ ਤੌਰ ਤੇ ਇਹ ਵੀ ਇਹ ਵੀ ਗੱਲ ਕਹੀ ਹੈ ਕਿ ਅਸਲਾ ਲੈ ਕੇ ਅੰਦਾ ਤਾਂ ਉਹਨਾਂ ਦੇ ਉੱਪਰ ਜਿਹੜਾ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਅਸਲਾ ਉਹਨਾਂ ਨੇ ਤਾਂ ਗਿਆ ਕਿਉਂਕਿ ਪੀੜ ਹੁੰਦੀ ਹੈ ਲਗਾਤਾਰ ਉਤਪ੍ਰਦਰਸ਼ਨ ਉਹਨਾਂ ਨੇ ਕਲਾਕਾਰ ਵੀ ਪਹੁੰਚਦੇ ਨੇ ਜਦੋਂ ਕਈ ਵਾਰ ਗੁੱਸਾ ਜਿਹੜਾ ਕਿਸਾਨਾਂ ਵਧ ਜਾਂਦਾ ਤਾਂ ਫਿਰ ਉਹ ਅਗਲਾ ਅਸਲਾ ਚ ਕੀ ਕਰ ਜੇ ਬੰਦੇ ਦਾ ਪਤਾ ਨਹੀਂ ਤਾਂ ਆਹ ਵੇਲ ਕੀਤੀ ਕਿ ਅਸਲਾ ਕੱਢ ਕੇ ਜਿਹੜਾ ਫਾਇਰਿੰਗ ਕਰ ਦਿੰਦਾ ਵੀ ਤੇ ਕਈ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ ਹਮੇਸ਼ਾ ਇਹ ਕੰਮ ਹੋਇਆ ਵਿਆਸ਼ਤਾਂ ਦੇ ਵਿੱਚ ਆਪਾਂ ਦੇਖਦੇ ਹਾਂ ਜਦੋਂ ਅੱਛੇ-ਅੱਛੇ ਟੰਮਰ ਚ ਦੋਸਾ ਲੈ ਕੇ ਜਾਂਦੇ ਨੇ ਕਈ ਜਿਹੜੇ ਕਲਾਕਾਰ ਵੀ ਜਿਹੜਾ ਜ਼ਖਮੀ ਵੀ ਹੋ ਜਾਂਦੇ ਨੇ ਆਰਕੈਸਟਰ ਵਾਲੇ ਵੀ ਜ਼ਖਮੀ ਹੋ ਪੁਲਸ ਕਰਮੀ ਫੜਿਆ ਗਿਆ ਜੋ ਕਿ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਸਲਾਹਕਾਰ ਕਹਿੰਦਾ ਸੀਗਾ ਜਾਲੀ ਸੀਗਾ ਉਹ ਕੀ ਕਿਦੇ ਕਿਵੇਂ ਫੜਿਆ ਗਿਆ ਕੀ ਟਰੇਸ ਕੀਤਾ ਤੇ ਕੀ ਪੁਲਿਸ ਨੇ ਕੋਈ ਕਲਾਸਾ ਕੀਤਾ ਉਹ ਜੇ ਬਿਲਕੁਲ ਜਿਸ ਤਰ੍ਹਾਂ ਪਟਿਆਲਾ ਦੇ ਵਿੱਚ ਗੱਲ ਕੀਤੀ ਜਾਵੇ ਜਿਹੜਾ ਦੇ ਦੇ ਪੁਲਿਸ ਮੁਲਾਜ਼ਮ ਸੀ ਜੋ ਲੰਬੇ ਸਮੇਂ ਤੋਂ ਉਹਦਾ ਕਾਲਾ ਕਾਲਾ ਪਰ ਕਰਦਾ ਸੀ ਕਈ ਨਾਲ ਹੀ ਟਰਾਂਸਫਰ ਵੀ ਕਰਵਾ ਚੁੱਕਾ ਸੀ ਪੁਲਿਸ ਮੁਲਾਜ਼ਮ ਦੇ ਵਿੱਚ ਕਈ ਉੱਚ ਅਧਿਕਾਰੀਆਂ ਦੀ ਉਹ ਫੋਨ ਕਰਦਾ ਸੀ ਟਰੂ ਕਾਲਰ ਦੇ ਉੱਪਰ ਜਿਹੜਾ ਉਹਨਾਂ ਦਾ ਨਾਮ ਵੀ ਆਂਦਾ ਸੀ ਵੀ ਵੇ ਮੈਂ ਮੁੱਖ ਮੰਤਰੀ ਜਿਸ ਤਰ੍ਹਾਂ ਉਹਨੇ ਟਰੂ ਕਾਲਰ ਤੇ ਲਿਖਿਆ ਆਪੀ ਇਸੇ ਤਰ੍ਹਾਂ ਜਿਹੜਾ ਹਾਰਡਵਾਇਜ਼ਰ ਟੂ ਸੀਐਮ ਲਿਖਿਆ ਆਂਦਾ ਹੀਗਾ ਹਾਰਡ ਟਰੂ ਕਾਲਰ ਤੇ ਆਂਦਾ ਇਸ ਤਰ੍ਹਾਂ ਲਿਖਿਆ ਆਂਦਾ ਜੀ ਚਲੋ ਇਹਨੇ ਕਿਸੇ ਪ ਫੀਸਿੰਗ ਲਗਾਈਗੀ ਤਾਂ ਉੱਪਰ ਆ ਗਿਆ ਵੀਰਾ ਅੜਵਾਜ ਦਾ 2 CM ਤੇ ਉਸ ਤੋਂ ਬਾਅਦ ਜਾਂਚ ਪਤਾਲ ਕੀਤੀ ਗਈ ਤਾਂ ਕਿਸ ਤਰ੍ਹਾਂ ਦਾ ਹੈ ਤਾਂ ਉਹਨਾਂ ਨੇ ਉਹ ਬੰਦੇ ਨੇ ਪੁਲਸ ਬੁਲਾ ਦੇਣਾ ਆਪਣੀ ਟਰਾਂਸਫਰ ਕਰਵਾਉਣ ਵਾਸਤੇ ਉਸ ਬੰਦੇ ਨੂੰ ਪੇਮੈਂਟ ਵੀ ਦਿੱਤੀ ਸੀ ਤੇ ਜਦੋਂ ਹੌਲੀ-ਹੌਲੀ ਜਿਹੜਾ ਖਲਾਸਾ ਹੁੰਦਾ ਰਿਹਾ ਤਾਂ ਡੀਜੀਪੀ ਪੰਜਾਬ ਤੱਕ ਗੱਲਬਾਤ ਪਹੁੰਚੀ ਤਾਂ ਉਸ ਤੋਂ ਬਾਅਦ ਉਹਨੂੰ ਜਿਹੜਾ ਉਸ ਦੇ ਘਰ ਹੀ ਪਟਿਆਲਾ ਦੇ ਵਿੱਚ ਦਸਮੇਸ਼ ਨਗਰ ਦੇ ਵਿੱਚ ਘਾਰਾ ਉੱਥੋਂ ਜਿਹੜਾ ਅਰੈਸਟ ਕੀਤਾ ਗਿਆ ਤਾਂ ਪਛਾਣ ਬਿੰਨ ਚ ਪਤਾ ਲੱਗ ਗਿਆ ਉਹ ਕਈ ਜਿਹੜਾ ਉੱਚ ਅਧਿਕਾਰੀਆਂ ਨੂੰ ਆਪਣੇ ਰਗੜ ਦੇ ਵਿੱਚ ਲੈ ਕੇ ਜਿਹੜਾ ਕਈ ਪੈਸਾ ਜਿਹੜਾ ਪੈਸਾ ਜਿਹੜਾ ਇਸ ਕਾਲਾ ਕਾਰੋਬਾਰ ਵਿੱਚ ਕਮਾ ਚੁੱਕਾ ਹੈ ਜੀ ਅਮਰ ਜੀ ਜੀ ਬਹੁਤ ਬਹੁਤ ਧੰਨਵਾਦ ਸਾਡੀ ਵੀ ਇੱਕ ਸੰਜ ਜਿੱਥੇ ਬੰਦਿਆਂ ਦੀ ਅ ਵੀ ਇਹ ہتھیار ਨਾ ਲੈ ਕੇ आओ ਸਾਡੀ ਵੀ اپیل ہے پورے پنجاب 'ਚ ਨਹੀਂ پورے ਭਾਰਤ 'ਚ ਜੇ ਤੁਹਾਡੇ ਕੋਲ लाइसेंसी اسلحਾ ਤਾਂ ਉਹਦਾ ਪ੍ਰਯੋਗ ਕਲ ਨਾ ਕਰੋ ਘਰੇ ਹੀ ਉਹਨੂੰ ਰੱਖ ਕੇ ਫਿਰ ਤੁਸੀਂ ਤਰਨਾ ਦੇਣ ਜਾਓ ਫਿਲਹਾਲ ਅੱਜ ਲਈ ਇੰਨਾ ਹੀ ਕਾਲੀ ਸਵੇਲੇ حاضر ਹੋਵਾਂਗੇ ਤਦ ਤੱਕ ਲਈ ਅਗਿਆ데요 ਧੰਨਵਾਦ سبسਕ੍ਰਾਈਬ ਕਰੋ ਚਰਦਿਕਲਾ ਟਾਈਮ ٹی وی ਨੂੰ ਤੇ ਲੇਟੈਸਟ اپڈیٹ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ